ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਕਿਸਾਨ ਦੋਸਤੋ ਆਪਾਂ ਹੈਪੀ ਸੀਡਰ ਦੀਆਂ ਕੁਝ ਵੀਡੀਓ ਸ਼ੇਅਰ ਕਰ ਰਹੇ ਹਾਂ ਪਿਛਲੀਆਂ ਵੀਡੀਓ ਦੇ ਵਿੱਚ ਇੱਕ ਚੀਜ਼ ਜੋ ਆਮ ਡਿਸਕਸ ਕਰਨ ਦੇ ਵਿੱਚ ਨਿਕਲ ਕੇ ਆਈ ਹੈ ਬਹੁਤੇ ਕਿਸਾਨ ਵੀਰ ਇਹ ਗੱਲ ਕਹਿ ਰਹੇ ਆ ਕਿ ਜਿਹੜੀਆਂ ਚੀਕਣੀਆਂ ਮਿੱਟੀਆਂ ਹਨ ਉਹਨਾਂ ਦੇ ਵਿੱਚ ਹੈਪੀ ਸੀਡਰ ਕਾਮਯਾਬ ਨਹੀਂ ਹੋਏਗਾ ਇਸ ਕਰਕੇ ਮੈਂ ਇਹ ਵੀਡੀਓ ਤੁਹਾਨੂੰ ਇਹ ਗੁਰਸਾਭ ਸਿੰਘ ਸੰਦੋਲਯੋਕੇ ਬੂਲੇ ਪਿੰਡ ਦੇ ਆ ਜਿਹੜਾ ਬਲਾਕ ਜੀੜਾ ਦੇ ਹੈ ਉਹਨਾਂ ਦੇ ਖੇਤ ਦੀ ਸ਼ੇਅਰ ਕਰ ਰਿਹਾ ਹਾਂ ਜਿਹੜਾ ਕਿ ਬਿਲਕੁਲ ਚੀਕਨਾ ਜਾਂ ਭਾਰਾ ਜਾਂ ਜਿਹਨੂੰ ਆਪਾਂ ਕਰੜਾਵਾਨ ਕਹਿੰਦੇ ਆ ਉਹੋ ਖੇਤ ਹੈ ਤੇ ਪਾਣੀ ਦੀ ਸਮੱਸਿਆ ਵੀ ਹੈ ਤਾਂ ਇਹਦੇ ਵਿੱਚ ਆਪਣੇ ਵਿਊ ਦੱਸਣਗੇ ਮੈਂ ਤੁਹਾਨੂੰ ਇੱਥੇ ਦੱਸ ਦੇਣਾ ਚਾਹਣਾ ਕਿ ਜੋ ਪਿਛਲੀਆਂ ਵੀਡੀਓ ਦੇ ਵਿੱਚ ਆਪਾਂ ਡਿਸਕਸ ਕੀਤਾ ਸੀਗਾ ਉਹਦੇ ਵਿੱਚ ਇੱਕ ਚੀ ਨਿਕਲ ਕੇ ਸਾਹਮਣੇ ਆਈ ਹੈ ਕਿ ਕਿਸਾਨ ਵੀਰੇ ਕਹਿੰਦੇ ਹੈ ਕਿ ਖੇਤ ਦੇ ਵਿੱਚ ਗਿੱਲ ਪੂਰੀ ਹੋਣੀ ਚਾਹੀਦੀ ਹੈ ਹੈਪੀ ਸੀਡਰ ਦੀ ਗਹਿਰਾਈ ਜ਼ਿਆਦਾ ਨਹੀਂ ਹੋਣੀ ਚਾਹੀਦੀ ਗਹਿਰਾਈ ਘੱਟ ਹੋਣੀ ਚਾਹੀਦੀ ਹੈ ਤੇ ਜੇਕਰ ਖੇਤ ਦੇ ਵਿੱਚ ਮਲਚਰ ਪਹਿਲਾਂ ਵਾਜ ਜਾਵੇ ਤਾਂ ਫਿਰ ਇਹ ਹੈਪੀ ਸੀਡਰ ਬਹੁਤ ਜ਼ਿਆਦਾ ਕਾਮਯਾਬ ਹੈ ਕੁਝ ਕਿਸਾਨ ਵੀਰਾਂ ਨੇ ਇਹ ਵੀ ਕਿਹਾ ਕਿ ਜਿਹੜੀ ਯੂਰੀਆ ਹੈਗੀ ਹੈ ਇਸ ਨੂੰ ਖਾਦ ਨਹੀਂ ਲੱਗਦੀ ਇਸ ਸਾਲ ਹਾਲਾਤ ਦੇ ਬਣੇ ਕਿ ਦੂਜਾ ਪਾਣੀ ਤਾਂ ਲੋਕ ਹਜੇ ਤੱਕ ਲਾਈ ਜਾਂਦੇ ਆ ਮਤਲਬ ਕਿ ਹਜੇ ਤੱਕ ਨਹੀਂ ਲੱਗਿਆ ਖੇਤਾਂ ਦੇ ਵਿੱਚ ਕਈਆਂ ਦੇ ਤਾਂ ਫਿਰ ਯੂਰੀਆ ਜਿਹੜੀ ਹੈਗੀ ਹੈ ਅੱਧੀ ਬੀਜਣ ਤੋਂ ਪਹਿਲਾਂ ਤੇ ਅੱਧੀ ਪਹਿਲੇ ਪਾਣੀ ਤੋਂ ਪਹਿਲਾਂ ਪਾਉਣਾ ਹੀ ਇਹਦੇ ਵਿੱਚ ਹੱਲ ਹੈ। ਬਾਕੀ ਜਿਹੜੀਆਂ ਵੀ ਕੋਈ ਹੋਰ ਦਿੱਕਤ ਤੁਹਾਨੂੰ ਆ ਰਹੀਆਂ ਹੈਗੀਆਂ ਇਸ ਵੀਡੀਓ ਦੇ ਕਮੈਂਟਸ ਦੇ ਵਿੱਚ ਆਪਾਂ ਉਹ ਡਿਸਕਸ ਕਰਾਂਗੇ। ਮੇਰਾ ਮਕਸਦ ਸਿਰਫ ਇੰਨਾ ਹੈ ਕਿ ਜੋ-ਜੋ ਪ੍ਰੋਬਲਮਸ ਆਈਆਂ ਜਿਵੇਂ ਜਿਵੇਂ ਆਈਆਂ ਉਹਨਾਂ ਸਾਰੀਆਂ ਦੀ ਸਚਾਈ ਆਪਣੇ ਸਾਹਮਣੇ ਆ ਸਕੇ ਮੈਂ ਤੁਹਾਨੂੰ ਪਿਛਲੀ ਵੀਡੀਓ 'ਚ ਦੱਸਿਆ ਸੀ ਕਿ ਮੇਰੇ ਵੀ 4 ਏਕੜ ਖਰਾਬ ਹੋਏ ਐ ਮੈਂ ਵੀ ਲਾਸਟ 'ਤੇ ਆਪਣੀ ਵੀਡੀਓ ਰਹੀਂ ਤੁਹਾਨੂੰ ਦੱਸਾਂਗਾ ਕਿ ਕੀ ਕਾਰਨ ਰਿਹਾ ਉਹਦੇ ਵਿੱਚ ਉਹ ਕਿਉਂ ਖਰਾਬ ਹੋਏ ਐ ਕਿਸਾਨ ਵੀਰੋ ਇਸ ਇਹ ਵੀਡੀਓ ਦੇ ਵਿੱਚ ਸਰਦਾਰ ਗੁਰਸਾਖ ਸਿੰਘ ਸੰਧੂ ਪਿੰਡ ਬੂਲੇ ਇਹ ਜੋ ਆਪਣੀ ਆਵਾਜ਼ ਦੇ ਵਿੱਚ ਤੁਹਾਨੂੰ ਦੱਸਣਗੇ ਤੇ ਕਣਕ ਵੀ ਆਪਣੀ ਦਿਖਾਉਣਗੇ ਕਿ ਕਿਸ ਤਰ੍ਹਾਂ ਦੀ ਐ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਇਰੇ ਜੈ ਜਵਾਨ ਜੈਕਸਾਂ WhatsApp ਗਰੁੱਪ ਦੇ ਐਡਮਿਨ ਹੈ। ਇਸ ਗਰੁੱਪ ਦੀ ਖਾਸੀਅਤ ਇਹ ਰਹੀ ਸੀ ਕਿ ਇਹਨਾਂ ਨੇ ਇਕੱਠੇ ਹੋ ਕੇ ਇੱਕ ਪੈਰਸ ਦੇ ਵਿੱਚ ਸਾਰੇ ਮੈਂਬਰਸ ਨੇ ਸੌਂ ਖਾਧੀ ਸੀਗੀ। ਆਪਣੇ ਪੰਨੂ ਸਾਹਿਬ ਨੂੰ ਵੀ ਇਨਵਾਈਟ ਕੀਤਾ ਗਿਆ ਸੀ ਕਿ ਅਸੀਂ ਇੱਕ ਖੇਤਾਂ ਨੂੰ ਅੱਗ ਨਹੀਂ ਲਾਵਾਂਗੇ। ਤੇ ਗਰੁੱਪ ਦੇ ਕਿਸੇ ਵੀ ਮੈਂਬਰ ਨੇ ਖੇਤ ਦੇ ਵਿੱਚ ਅੱਗ ਨਹੀਂ ਲਗਾਈ। ਤਾਂ ਇਹਨਾਂ ਨੇ ਪਰਾਲੀ ਦਾ ਟੋਟਲ ਮੈਨੇਜਮੈਂਟ ਕੀਤਾ ਹੈ ਤੇ ਕਿਉਂਕਿ ਇਹ ਸੇ ਜੈ ਜਵਨ ਜੈਕਸਨ ਗਰੁੱਪ ਦੀ ਵੀਡੀਓ ਹੈ ਇਸ ਕਰਕੇ ਮੈਂ ਉਸ ਗਰੁੱਪ ਦੇ ਵੀ ਸਾਰੇ ਮੈਂਬਰਾਂ ਨੂੰ ਬੇਨਤੀ ਕਰਾਂਗਾ ਕਿ ਕਮੈਂਟਸ ਦੇ ਵਿੱਚ ਉਹ ਆਪਣੇ ਆਪਣੇ ਵਿਚਾਰ ਜ਼ਰੂਰ ਦੱਸਣ ਕਿ ਜਿਹਨੇ ਹੈਪੀ ਸਿੱਡਰ ਨਾਲ ਨਹੀਂ ਵਿਜੀ ਉਹਨੇ ਹੋਰ ਕਿਸ ਤਰੀਕੇ ਨਾਲ ਵਿਜੀ ਹੈ ਉਹਨੂੰ ਕੀ ਦਿੱਕਤ ਆਈ ਹੈ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਇਹ ਗਰੁੱਪ ਕੁਝ ਹੱਦ ਤੋਂ ਸਾਈਡ ਤੇ हट ਕੇ ਕੰਮ ਕਰ ਰਿਹਾ ਹੈ ਜਿੰਨਾ ਕਿਸਾਨਾਂ ਦੀ ਜਿਵੇਂ ਕਣਕ ਉਸ ਵੇਲੇ ਅੱਗ ਲਾ ਕੇ ਸੜੀ ਸੀ ਉਹਨਾਂ ਨੂੰ ਵੀ ਸੀਡ ਦੇ ਪੈਸੇ ਦਿੱਤੇ ਗਏ ਇਕੱਠੇ ਕਰਕੇ ਜੇਕਰ ਕਿਸੇ ਦੀ ਝੋਨਾ ਜ਼ਿਆਦਾ بارش ਦੇ ਨਾਲ ਮਰ ਗਿਆ ਸੀ ਤਾਂ ਉਹਨਾਂ ਨੂੰ ਪਨੀਰੀ ਦਿੱਤੀ ਗਈ ਜੋ ਉਹਨਾਂ ਦੇ ਖਰਚੇ ਸੀਗੇ ਉਹ ਦਿੱਤੇ ਗਏ ਕਿਸਾਨਾਂ ਦੀ ਪੂਰੀ ਹੈਲਪ ਕਰਦਾ ਹੈ ਇਹ ਪਹਿਲਾ ਗਰੁੱਪ ਸੀਗਾ ਜਿਹਨੂੰ ਕਿ ਰਤੜਾ ਕਿਸਾਨ ਮੇਲੇ ਤੇ ਸਨਮਾਨਿਤ ਵੀ ਕੀਤਾ ਗਿਆ ਸੀਗਾ ਤੇ ਬਹੁਤ ਵਧੀਆ ਤਰੀਕੇ ਨਾਲ ਗਰੁੱਪ ਚੱਲ ਰਿਹਾ ਹੈ ਫਾਰਮਰਸ ਦੀ ਇਹ ਸਲਾਹ ਨਾਲ ਮਦਦ ਤਾਂ ਸਾਰੀ ਜਗ੍ਹਾ ਹੋ ਰਹੀ ਹੈ ਲੇਕਿਨ ਇਹ ਆਰਥਿਕ ਮਦਦ ਵੀ ਕਰ ਰਹੀ ਹੈ ਬਹੁਤ ਵਧੀਆ ਗੱਲ ਹੈ ਮੈਂ ਤਾਂ ਕਿਸਾਨ ਗਰੁੱਪ ਦੀ ਤਰ੍ਹਾਂ ਐਸ ਗਰੁੱਪ ਦੇ ਵਿੱਚ ਵੀ ਮੈਂ ਮੈਂਬਰ ਹਾਂ ਤੇ ਹੁਣ ਬਹੁਤਾ ਟਾਈਮ ਮੈਂ ਨਾ ਲੈਂਦਾ ਹੋਇਆ ਗੁਰਸਾਖ ਸਿੰਘ ਦੇ ਵਿਚਾਰ ਤੁਹਾਨੂੰ ਦੱਸਣਾ ਚਾਹੁੰਦਾ ਕਿ ਵੀ ਉਹ ਕੀ ਕਹਿਣਾ ਚਾਹੁੰਦੇ ਹੈ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਤਾਂ ਕਿ ਵਕ ਵਕ ਸਨਾ ਕੋਲ ਇਹ ਪਹੁੰਚ ਸਕੇ ਦੋਸਤੋ ਇੱਥੇ ਮੈਂ ਇੱਕ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ ਮੈਂ ਨਵਾਂ YouTube ਚੈਨਲ ਸ਼ੁਰੂ ਕੀਤਾ ਹੈ ਜਿਹਦਾ ਨਾਮ ਹੈ ਪਿੱਠੂ ਦਾ ਗੇਮ ਜੋ ਆਪਾਂ ਸ਼ੁਰੂ ਵਿੱਚ ਪਿੱਠੂ ਵਾਲੀ ਗੇਮ ਖੇਡਦੇ ਸੀਗੇ ਇਹ ਕਿਉਂਕਿ ਮੇਰੀ ਖੇਤੀ ਮੇਰਾ ਕਿਸਾਨ ਚੈਨਲ ਕੇਵਲ ਖੇਤੀਬਾੜੀ ਆਸਤੇ ਹੈ ਉਸ ਦੇ ਉੱਤੇ ਹੋਰ ਜਿਹੜੀਆਂ ਚੀਜ਼ਾਂ ਸਮਾਜ ਨਾਲ ਸੰਬੰਧਿਤ ਹੈਗੀਆਂ ਉਹ ਉਹਨਾਂ ਦੇ ਲਈ ਹੈ ਕਿਉਂਕਿ ਮੈਂ ਦੋਨਾਂ ਚੀਜ਼ਾਂ ਨੂੰ ਇਕੱਠੀਆਂ ਨਹੀਂ ਕਰਨਾ ਚਾਹੁੰਦਾ ਸੀ ਕਿ ਇੱਕੋ ਚੈਨਲ ਤੇ ਮੈਂ ਦੋਵੇਂ ਚੀਜ਼ਾਂ ਪਾਈਆਂ ਪਾਈ ਜਾਵਾਂ ਤਾਂ ਉਸ ਦਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਲਿੰਕ ਉੱਥੋਂ ਤੁਸੀਂ ਉਸ ਨੂੰ ਸਬਸਕ੍ਰਾਈਬ ਕਰ ਸਕਦੇ ਆਂ ਬਾਕੀ ਹੁਣ ਸੁਣਦੇ ਆਂ ਗੁਰਸਾਖ ਸਿੰਘ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਮੈਂ ਗੁਰਸਾਖ ਸਿੰਘ ਸੰਧੂ ਪਿੰਡ ਬੂਲੇ ਤਹਿਸੀਲ ਜੀਰਾ ਤੇ ਡਿਸਟ੍ਰਿਕਟ ਫਿਰੋਜ਼ਪੁਰ ਆ ਜੀ ਆਪਾਂ ਤੁਹਾਨੂੰ ਕਣਕ ਦਿਖਾਉਣੀ ਹੈ ਜੀ ਆਪਣੀ ਹੈਪੀ ਸੀਡਰ ਵਾਲੀ ਬੀਜ ਜੀ ਸੀ ਐਚ ਡਬਲਯੂ 18 ਤੇ ਪੀ ਆਰ 100 ਬਾਈ ਝੋਨਾ ਸੀ ਜੀ ਤੇ ਆਹ ਦੇਖ ਲਓ ਜੀ ਫੁੱਲ ਪਰਾਲੀ ਆ ਜੀ ਐਸ ਐਮ ਐਸ ਵਾਲੀ ਮਸ਼ੀਨ ਨਾਲ ਵੜਾ ਕੇ ਆਪਾਂ ਨੇ ਤੇ ਲਗਭਗ 35 ਤੋਂ 40 ਕਿਲੋ ਦੇ ਕਰੀਬ ਬੀ ਪਾਇਆ ਜੀ ਤੇ 50 55 ਕਿਲੋ ਦੇ ਕਰੀਬ ਖਾਦ ਪਾਈ ਆ ਜੀ ਤੇ ਆਹ ਦੇਖ ਲਓ ਫੁੱਲ ਪਰਾਲੀ ਆ ਜੀ ਇੱਕ ਪਾਣੀ ਲੱਗਾ ਜੀ 25 ਅਕਤੂਬਰ ਦੀ ਬੀਜੀ ਹੋਈ ਆ ਜੀ 10 ਨ ਮਹੀਨੇ ਤੇ 4 ਦਿਨ ਹੋ ਗਿਆ ਜੀ ਇਹਨੂੰ 94 ਦਿਨ ਦੀ ਕਣਕ ਹੋ ਗਈ ਹੈ ਜੀ ਇਹ ਆਪਣੀ ਤੇ ਆਹ ਦੇਖ ਲਓ ਜੀ ਪੱਤਾ ਪੁੱਤਾ ਬਹੁਤ ਸੋਹਣਾ ਕਣਕ ਦਾ ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਨਾ ਕੋ ਸੁੰਡੀ ਦੀ ਨਾ ਕੋ ਨਦੀਨਾ ਦੀ ਨਾ ਕੋ ਆਪਾਂ ਨਦੀਨ ਨਾਸ਼ਕ ਸਪਰੇਅ ਕੀਤੀ ਹੈ ਜਿੰਦੇ ਚ ਤੇ ਆਹ ਫੋਟ ਵੀ ਦੇਖ ਸਕਦੇ ਹੋ ਤੁਸੀਂ ਪਟਾਰਾ ਵੀ ਬਹੁਤ ਸੋਹਣਾ ਕਣਕ ਨੇ ਕੀਤਾ ਸੀ ਤੇ 4 4 5 5 ਡਾਲੀਆਂ ਨੇ ਆਹ ਦੇਖ ਲਓ ਜੀ ਤੇ ਦੂਜੀ ਗੱਲ ਹੈ ਵੀ ਇਹ ਜ਼ਮੀਨ ਨਾਲ ਆਪਣੀ ਜਿਹੜੀ ਫੁੱਲ ਜ਼ਮੀਨ ਚੀਕਣੀ ਆ ਜੀ ਤੇ ਚੀਕਣਾ ਵਾਹਣਾ ਜੀ ਆ ਦੇਖ ਲੋ ਇਹ ਚੀਕਣਾ ਵਾਹਣਾ ਕਾਲੀ ਮਿੱਟੀ ਆ ਜੀ ਚੀਕਣੀ ਤੇ ਬਹੁਤ ਸੋਹਣੀ ਕਣਕ ਹੋਈ ਆ ਜੀ ਆਪਣੀ ਤਾਂ ਜੀ ਤੇ ਤਿੰਨ ਬੋਰੀਆਂ ਆਪਾਂ ਨੂੰ ਯੂਰੀਆ ਦੇ ਚੁੱਕੇ ਆ ਜੀ 45 ਕਿਲੋ ਵਾਲੀਆਂ ਤੇ ਦੋ ਸਪਰੇਆਂ ਕੀਤੀਆਂ ਜੀ ਜਿੰਨੇ ਵਿੱਚ 2 ਕਿਲੋ ਯੂਰੀਆ 1 ਕਿਲੋ ਮੈਗਜ਼ੀਨ ਤੇ 750 ਗ੍ਰਾਮ ਚਲੇਟਡ ਜ਼ਿੰਕ ਦੀਆਂ ਜੀ ਤੇ ਇੱਕ ਪਾਣੀ ਲੱਗਾ ਜੀ ਜੋ ਆਪਾਂ ਨੂੰ ਲਗਭਗ 35 ਤੋਂ 40 ਦਿਨ ਦੇ ਕਰੀਬ ਲਾਇਆ ਸੀ ਤੇ ਹੁਣ ਆ بارش ਹੋ ਗਈ ਹੈ ਟੀਆ ਆਪਣੇ 21 22 ਜਨਵਰੀ ਦੇ ਕਰੀਬ ਤੇ بارش ਵੀ ਵਧੀਆ ਹੁੰਦਾ ਰਿਜ਼ਲਟ ਮਿਲਿਆ ਜੀ بارش ਨਾਲ ਤਾਂ ਬਹੁਤ ਸੋਹਣੀ ਕਣਕ ਹੋ ਹੋਰ ਵੀ ਪਹਿਲਾਂ ਨਾਲੋਂ ਵੀ ਜ਼ਿਆਦਾ ਨਖਾਰ ਆ ਗਿਆ ਜੀ ਕਣਕ 'ਚ ਤੇ ਆ ਤੁਸੀਂ ਦੇਖ ਸਕਦੇ ਹੋ ਆਪਾਂ ਖੜੇ ਖਰਚਿਆਂ 'ਚ ਬੀਜੀ ਆ ਜੀ ਐਸਐਮਐਸ ਵਾਲੀ ਮਸ਼ੀਨਾਂ ਵੜਾ ਕੇ ਤੇ ਆਪਾਂ ਨੂੰ ਇਹਦੇ ਚ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਈ ਜੀ ਤੇ ਖੇਤ ਪੂਰਾ ਖੇਤ ਭਰੇ ਹੋਏ ਆ ਦੇਖ ਲਓ ਤੇ ਫੁੱਲ ਪਰਾਲੀ ਥੱਲੇ ਪਈ ਹੋਈ ਆ ਜੀ ਤੇ ਜਿਵੇਂ ਆ ਸੁੰਡੀ ਦੀ ਪ੍ਰੋਬਲਮ ਆਈ ਸੀ ਕੁਝ ਏਰੀਆ ਚ ਉਹ ਵੀ ਆਪਣੇ ਬਚਾਈ ਰਿਹਾ ਜੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਜੀ ਬਾਕੀ ਕੋਈ ਏਰੀਆ ਚ ਵੀਰਾਂ ਕੋਈ ਦੇ ਸਪਰੇ ਆਪਣੇ ਕਣਕ ਦੀ ਕਹਿ ਰਹੇ ਵੀ ਫੇਲ ਆ ਜਾਂ ਹੈ ਨਾ ਤੇ ਨਵੀਂ ਤਕਨੀਕ ਸੀ ਤੇ ਕਿਸਾਨ ਵੀਰਾਂ ਨੂੰ ਇਹਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ ਹੈਗੀ ਬੇਨੂੰ ਪਹਿਲਾ ਪਾਣੀ ਕਿੰਨੀ ਤਰੀਕ ਨੂੰ ਲਾਉਣਾ ਹੈ ਕਿੰਨੀ ਯੂਰੀਆ ਪਾਉਣੀ ਹੈ ਇਹਦੇ ਚ ਕਿੰਨਾ ਬੀਜ ਪਾਉਣਾ ਹੈ ਨਾ ਤੇ ਇਹਦੇ ਤੇ ਮੇਨ ਜਿਹੜਾ ਪਹਿਲਾ ਪਾਣੀ ਆ ਜੀ ਪਹਿਲਾ ਪਾਣੀ ਹੀ ਇਹਨੂੰ ਪਾਸ ਫੇਲ ਕਰਦਾ ਜੀ ਕਣਕ ਨੂੰ ਜੇ ਪਹਿਲਾ ਪਾਣੀ ਆਪਣਾ ਜਿਹੜਾ ਲੱਗਣਾ ਜੋ ਗਲਤ ਟਾਈਮਿੰਗ ਤੇ ਲੱਗ ਗਿਆ ਜੀ ਤੇ ਉਦੋਂ ਹੀ ਇਹ ਕਣਕ ਫੇਲ ਪਾਸ ਦਾ ਰਿਜ਼ਲਟ ਇਹਦਾ ਹੁੰਦਾ ਬਾਕੀ ਓਵਰਆਲ ਕੋਈ ਨਹੀਂ ਨਹੀਂ ਕੋਈ ਦਿੱਕਤ ਵਾਲੀ ਗੱਲ ਹੈਗੀ ਤੇ ਵਾਹਣ ਵੀ ਆਪਣੇ ਚੀਕਣੇ ਆ ਜੀ ਫੁੱਲ ਚੀਕਣੇ ਵਾਹਣਾ ਇਹ ਕਹਿ ਸਕਨੇ ਆਪਾਂ ਵੀ ਇੱਥੇ 15 ਤੋਂ 20 ਫੁੱਟ ਤੱਕ ਕਿਤੇ ਕੋਈ ਰੇਤਾ ਜਾਂ ਕੋਈ ਨੀ ਹੈਗਾ ਤੇ ਬਿਲਕੁਲ ਚੀਕਣੀ ਜ਼ਮੀਨ ਆ ਜੀ ਤੇ ਕਣਕ ਨੂੰ ਹੁਣ ਇਹ ਨਾੜੀ ਚੜ ਰਹੀ ਆ ਤੇ ਆ ਸਾਰਾ ਖੇਤ ਤੁਸੀਂ ਦੇਖ ਸਕਦੇ ਹੋ ਕਣਕ ਦਾ ਪੱਤਾ ਪੁੱਤਾ ਵੀ ਬਹੁਤ ਸੋਹਣਾ ਜੀ ਤੇ ਬਹੁਤ ਸੋਹਣਾ ਤਾਰਾ ਵੀ ਕਣਕ ਨੇ ਬਹੁਤ ਸੋਹਣਾ ਕੀਤਾ ਦੇਖ ਲਓ ਮਤਲਬ ਕਿ ਚਾਰ ਚਾਰ ਪੰਜ ਪੰਜ ਬੂਟੇ ਹੈ ਬਾ ਫਟਾਰ ਦੇ ਨਾਲ ਤੇ ਟਰਾਲੀ ਫੁੱਲ ਥੱਲੇ ਪਈ ਆ ਜੀ ਤੇ بارش ਨਾਲ ਬੈਠ ਗਈ ਆ ਕਾਫੀ ਥੱਲੇ ਹੁਣ ਤੇ ਦੂਜਾ ਪਾਣੀ ਇਹਨੂੰ ਲਾਉਂਦੇ ਆ ਜਿਹੜਾ ਲੱਗੇਗਾ ਉਹਦੇ ਨਾਲ ਹੋਰ ਗਲ ਕੇ ਤੇ ਆਪਾਂ ਨੂੰ ਫਾਇਦਾ ਹੋਊਗਾ ਹੰਦਾ ਜਿੱਦਾਂ ਜਿੱਦਾਂ ਅੱਗੇ ਕਣਕ ਨਿਸਰੇਗੀ ਤੇ ਦਾਣਾ ਜਦੋਂ ਬਣੂਗਾ ਉਦੋਂ ਇਹਦਾ ਚੀਜ਼ ਦਾ ਬਹੁਤ ਜ਼ਿਆਦਾ ਫਾਇਦਾ ਹੋਊਗਾ ਤੇ ਆਪਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਜੀ ਹੈਪੀ ਸੀਡਰ ਵਾਲੀ ਕਣਕ 'ਚ ਕੁਝ ਅਰਗੇਟ ਹੈ ਗਈ ਆਈਆਂ ਪ੍ਰੋਬਲਮ ਵੀ ਇਹਨਾਂ ਨੂੰ ਪਰ ਉਹ ਹੈ ਵੀ ਉਹ ਪਹਿਲੀ ਵਾਰੀ ਬੀਜਣ ਕਰਕੇ ਤੇ ਉੱਥੇ ਆਈ ਹੈ ਦਿੱਕਤ ਜੀ ਆ ਤੁਸੀਂ ਦੇਖ ਸਕਦੇ ਆਪਣਾ ਜੀਰੇ ਦੇ ਕੋਲੇ ਪਿੰਡ ਆ ਜੀ ਤੇ ਜੇ ਕੋਈ ਕਿਸਾਨ ਵੀਰ ਦੇਖਣੀ ਚਾਹੁੰਦਾ ਹੋਵੇ ਤੇ ਆਪਣੇ ਖੇਤਾਂ 'ਚ ਕਣਕ ਦੇਖ ਸਕਦਾ ਜੀ ਤੇ ਮੇਰੇ ਪਿੰਡ ਦੇ ਵਿੱਚ ਲਗਭਗ 270 80 ਕਿੱਲੇ ਦੇ ਕਰੀਬ ਕਣਕ ਬੀਜੀ ਗਈ ਹੈ ਹੈਪੀ ਸੀਡਰ ਨਾਲ ਤੇ ਜੋ ਸਾਰੇ ਕਿਸਾਨਾਂ ਦੀ ਕਣਕ ਬਹੁਤ ਸੋਹਣੀ ਖੜੀ ਆ ਜੀ